हेलो दोस्तों आज आपा ਕਰਨ ਜਾ ਰਹੇ ਹਾਂ ਪੰਜਾਬ ਪਟਵਾਰੀ ਲਈ ਪੰਜਾਬੀ ਗ੍ਰਾਮਰ ਦੀ ਸੀਰੀਜ਼ ਦਾ ਨੈਕਸਟ ਟੌਪਿਕ ਜੋ ਕਿ ਹੈ ਯੋਜਕ ਤਾਂ ਚਲੋ ਦੇਖਦੇ ਹਾਂ ਕਿ ਕੀ ਪਰਿਭਾਸ਼ਾ ਹੈ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਯੋਜਕ ਦਾ ਸ਼ਾਬਦਿਕ ਅਰਥ ਹੀ ਜੋੜਨਾ ਹੈ ਠੀਕ ਹੈ ਜਿਹੜੇ ਸ਼ਬਦ ਕੋਈ ਦੋ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਮਤਲਬ ਕਿਸੇ ਸੈਂਟੈਂਸ ਦੇ ਪਾਰਟਸ ਨੂੰ ਜਾਂ ਕੋਈ ਦੋ ਅਲੱਗ-ਅਲੱਗ ਸੈਂਟੈਂਸਿਜ਼ ਨੂੰ ਹੀ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਯੋਜਕ ਤੇ ਯੋਜਕ ਵਰਡ ਦਾ ਮੀਨਿੰਗ ਹੀ ਖੁਦ ਦੇ ਵਿੱਚ ਕੀ ਹੈ ਜੋੜਨਾ ਜਿਵੇਂ ਇਹਦੇ ਐਗਜ਼ਾਮਪਲ ਦੇਖ ਲੈਂਦੇ ਆਪਾਂ ਅਨਿਲ ਅਤੇ ਸਾਹਿਲ ਦੋਵੇਂ ਬਾਜ਼ਾਰ ਗਏ ਹੁਣ ਇਹਦੇ ਵਿੱਚ ਅਨਿਲ ਵੀ ਬਾਜ਼ਾਰ ਗਿਆ ਐਂਡ ਸਾਹਿਲ ਵੀ ਬਾਜ਼ਾਰ ਗਿਆ ਪਰ ਉਹਨਾਂ ਨੂੰ ਜਦੋਂ ਆਪਾਂ ਇੱਕੋ ਸੈਂਟੈਂਸ ਦੇ ਵਿੱਚ ਲਿਖਣਾ ਹੈ ਤਾਂ ਕਿਵੇਂ ਲਿਖਾਂਗੇ ਅਨਿਲ ਅਤੇ ਸਾਹਿਲ ਮਤਲਬ ਦੋਨਾਂ ਨੂੰ ਜੋੜਨ ਵਾਲਾ ਸ਼ਬਦ ਕਿਹੜਾ ਹੈ ਅਤੇ ਅਤੇ ਇਹ ਯੋਜਕ ਹੋ ਜਾਊਗਾ ਐਂਡ ਨੈਕਸਟ ਕੀ ਹੈ ਮੈਨੂੰ ਪਤਾ ਹੈ ਕਿ ਉਹ ਝੂਠ ਬੋਲ ਰਿਹਾ ਹੈ ਇਹਦੇ ਵਿੱਚ ਦੋ ਅਲੱਗ-ਅਲੱਗ ਸੈਂਟੈਂਸਸ ਹੋਗੇ ਮੈਨੂੰ ਪਤਾ ਹੈ ਤੇ ਦੂਜਾ ਸੈਂਟੈਂਸ ਕੀ ਹੋ ਗਿਆ ਉਹ ਝੂਠ ਬੋਲ ਰਿਹਾ ਹੈ ਤੇ ਇਹਨਾਂ ਨੂੰ ਜੋੜਨ ਵਾਲਾ ਸ਼ਬਦ ਕਿਹੜਾ ਹੈ ਕੀ ਤਾਂ ਇਹ ਕੀ ਹੋ ਗਿਆ ਯੋਜਕ ਠੀਕ ਹੈ ਤਾਂ ਇਹਨਾਂ ਸ਼ਬਦਾਂ ਇਹਨਾਂ ਵਾਕਾਂ ਵਿੱਚ ਅਤੇ ਅਤੇ ਕੀ ਇਹ ਦੋ ਜਿਹੜੇ ਨੇ ਇਹ ਯੋਜਕ ਨੇ ਤਾਂ ਚਲੋ ਹੁਣ ਦੇਖ ਲੈਂਦੇ ਆ ਯੋਜਕ ਦੇ ਕਿੰਨੇ ਪ੍ਰਕਾਰ ਹੁੰਦੇ ਨੇ ਤਾਂ ਯੋਜਕ ਦੇ ਦੋ ਪ੍ਰਕਾਰ ਹੁੰਦੇ ਨੇ ਪਹਿਲਾ ਹੈ ਸਮਾਨਯੋਜਕ ਐਂਡ ਸੈਕੰਡ ਹੈ ਅਧੀਨਯੋਜਕ ਸਮਾਨਯੋਜਕ ਕੀ ਹੈ ਸਮਾਨਯੋਜਕ ਹੈ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦੇ ਹਨ ਉਹਨਾਂ ਨੂੰ ਸਮਾਨਯੋਜਕ ਕਿਹਾ ਜਾਂਦਾ ਹੈ ਠੀਕ ਹੈ ਦੋ ਸੇਮ ਤਰ੍ਹਾਂ ਦੇ ਸ਼ਬਦ ਵਾਕਾਂਸ਼ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਸਮਾਨਯੋਜਕ ਜਿਵੇਂ ਅਮਨ ਅਤੇ ਰਮਨ ਦੋਨੋਂ ਭਰਾ ਹਨ ਠੀਕ ਹੈ ਤਾਂ ਇਹਦੇ ਵਿੱਚ ਅਤੇ ਕੀ ਹੋ ਗਿਆ ਸਮਾਨਯੋਜਕ ਚਾਹ ਵੀ ਪੀਓ ਰੋਟੀ ਵੀ ਖਾਓ ਇਹ ਦੋਨੋਂ ਸੇਮ ਤਰ੍ਹਾਂ ਦੇ ਸੈਂਟੈਂਸਸ ਨੇ ਤੇ ਇਹਨਾਂ ਨੂੰ ਜੋੜਨ ਵਾਲਾ ਵਰਡ ਕਿਹੜਾ ਹੈ ਤੇ ਤਾਂ ਹੀ ਕੀ ਹੋ ਜੂਗਾ ਸਮਾਨਯੋਜਕ ਆਰਡਰ ਪੋਕ ਨਹੀਂ ਸਗੋਂ ਨੀਡਰ ਹੈ ਤੇ ਇਹਦੇ ਵਿੱਚ ਦੋ ਸੈਂਟੈਂਸਸ ਹੋ ਗਏ ਉਹ ਆਰਡਰ ਪੋਕ ਨਹੀਂ ਤੇ ਦੂਜਾ ਸੈਂਟੈਂਸ ਕੀ ਹੋ ਗਿਆ ਕਿ ਉਹ ਨੀਡਰ ਹੈ ਪਰ ਇਹਨਾਂ ਨੂੰ ਇਕੱਠਾ ਕਰਕੇ ਜਦੋਂ ਲਿਖਣਾ ਹੈ ਤਾਂ ਆਪਾਂ ਕੀ ਲਗਾ ਰਹੇ ਹਾਂ ਵਿੱਚ ਵਰਡ ਸਗੋਂ ਤਾਂ ਇਹ ਕੀ ਹੋ ਗਿਆ ਸਮਾਨਯੋਜਕ ਇਹ ਇਹ ਦੋ ਸੇਮ ਤਰ੍ਹਾਂ ਦੇ ਸੈਂਟੈਂਸਸ ਨੂੰ ਆਪਸ ਵਿੱਚ ਜੋੜਦੇ ਨੇ ਇਸ ਕਰਕੇ ਇਹਨਾਂ ਵਾਕਾਂ ਦੇ ਵਿੱਚ ਅਤੇ ਤੇ ਔਰ ਸਗੋਂ ਇਹ ਕੀ ਨੇ ਸਮਾਨਯੋਜਕ ਨੇ ਤਾਂ ਚਲੋ ਹੁਣ ਆਪਾਂ ਦੇਖ ਲੈਂਦੇ ਨੇ ਅਗਲਾ ਟਾਈਪ ਇਹਦਾ ਦੂਜਾ ਪ੍ਰਕਾਰ ਕੀ ਹੈ ਅਧੀਨਯੋਜਕ ਜਿਹੜੇ ਸ਼ਬਦ ਪ੍ਰધાન ਉਪਵਾਕਾਂ ਨੂੰ ਅਧੀਨ ਉਪਵਾਕਾਂ ਨਾਲ ਜੋੜਦੇ ਹਨ ਠੀਕ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਸੈਂਟੈਂਸਸ ਹੁੰਦੇ ਨੇ ਇੱਕ ਮੇਨ ਕਲੋਜ਼ ਹੁੰਦੀ ਹੈ ਤੇ ਇੱਕ ਸਬੋਡੀਨੇਟ ਕਲੋਜ਼ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਸਬੋਡੀਨੇਟ ਕਲੋਜ਼ ਜਿਹੜੀ ਹੈ ਉਹ ਮੇਨ ਕਲੋਜ਼ ਤੇ ਡਿਪੈਂਡੈਂਟ ਹੁੰਦੀ ਹੈ ਤੇ ਉਹਨਾਂ ਨੂੰ ਜੋੜਨ ਵਾਲਾ ਜਿਹੜਾ ਸ਼ਬਦ ਹੁੰਦਾ ਵੈ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਅਧੀਨ ਯੋਜਕ ਠੀਕ ਹੈ ਤਾਂ ਇੱਕ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਵਾਲਾ ਸ਼ਬਦ ਅਧੀਨ ਯੋਜਕ ਕਹਲਾਂਦਾ ਜਿਵੇਂ ਮੈਂ ਉਸ ਨੂੰ ਬੁਲਾਇਆ ਤਾਂਕਿ ਉਸ ਨੂੰ ਸਾਰੀ ਗੱਲ ਸਮਝਾ ਸਕਾਂ ਇਹਦੇ ਵਿੱਚ ਦੋ ਸੈਂਟੈਂਸਸ ਨੇ ਮੈਂ ਉਸ ਨੂੰ ਬੁਲਾਇਆ ਠੀਕ ਹੈ ਦੂਜਾ ਕੀ ਹੈ ਤਾਂ ਕਿ ਉਸ ਨੂੰ ਮੈਂ ਸਾਰੀ ਗੱਲ ਸਮਝਾ ਸਕਾਂ ਇਹਦੇ ਵਿੱਚ ਇਹ ਕੀ ਹੈ ਪ੍ਰਧਾਨ ਉਪਵਾਕ ਤੇ ਇਹ ਕੀ ਹੋ ਗਿਆ ਅਧੀਨ ਉਪਵਾਕ ਤੇ ਇਹਨਾਂ ਨੂੰ ਜੋੜਨ ਦਾ ਕੰਮ ਕੌਣ ਕਰ ਰਿਹਾ ਹੈ ਤਾਂ ਕਿ ਵਰਡ ਤਾਂ ਤਾਂ ਕਿ ਕੀ ਹੋ ਗਿਆ ਅਧੀਨ ਅਧੀਨ ਯੋਜਕ ਨੈਕਸਟ ਸੈਂਟੈਂਸ ਉਸਨੇ ਉਚੇਰੀ ਪੜਾਈ ਕੀਤੀ ਫਿਰ ਵੀ ਬੇਰੋਜ਼ਗਾਰ ਹੈ ਤਾਂ ਇਹਦੇ ਵਿੱਚ ਦੋ ਸੈਂਟੈਂਸਸ ਹੋਗੇ ਕਿ ਉਸਨੇ ਉਚੇਰੀ ਪੜਾਈ ਕੀਤੀ ਤੇ ਦੂਜਾ ਹੈ ਕਿ ਉਹ ਬੇਰੋਜ਼ਗਾਰ ਹੈ ਤੇ ਇਹਨਾਂ ਨੂੰ ਜੋੜਨ ਦਾ ਕੰਮ ਕੌਣ ਕਰ ਰਿਹਾ ਹੈ ਫਿਰ ਵੀ ਇਹਦੇ ਵਿੱਚ ਆਹ ਕੀ ਹੋ ਗਿਆ ਪ੍ਰਧਾਨ ਉਪਵਾਕ ਤੇ ਬੇਰੋਜ਼ਗਾਰ ਕੀ ਹੋ ਗਿਆ ਅਧੀਨ ਉਪਵਾਕ ਤੇ ਇਹਨਾਂ ਨੂੰ ਜੋੜ ਜੋੜਦਾ ਕੌਣ ਪਿਆ ਫਿਰ ਵੀ ਸ਼ਬਦ ਤਾਂ ਇਹ ਕੀ ਹੋ ਗਿਆ ਅਧীন ਯੋਜਕ ਨੈਕਸਟ ਹੈ ਮੈਂ ਮੈਨੂੰ ਪਤਾ ਹੈ ਤਾਂ ਇਹ ਇੱਕ ਸਿੰਗਲ ਸੈਂਟੈਂਸ ਹੋ ਗਿਆ ਮੈਨੂੰ ਪਤਾ ਹੈ ਉਹ ਝੂਠ ਬੋਲ ਰਿਹਾ ਹੈ ਇਹ ਕੀ ਹੋ ਗਿਆ ਸੈਕਿੰਡ ਸੈਂਟੈਂਸ ਤਾਂ ਮੈਨੂੰ ਪਤਾ ਹੈ ਕਿ ਉਹ ਝੂਠ ਬੋਲ ਰਿਹਾ ਹੈ ਤਾਂ ਇਹਨਾਂ ਦੋਨਾਂ ਨੂੰ ਕੌਣ ਜੋੜਦਾ ਪਿਆ ਹੈ ਕੀ ਠੀਕ ਹੈ ਮੈਨੂੰ ਪਤਾ ਹੈ ਕੀ ਹੋ ਗਿਆ ਪ੍ਰਧਾਨ ਉਪਵਾਕ ਉਹ ਝੂਠ ਬੋਲ ਰਿਹਾ ਹੈ ਕੀ ਹੋ ਗਿਆ ਅਧੀਨ ਉਪਵਾਕ ਤਾਂ ਇਹਨਾਂ ਨੂੰ ਕੌਣ ਜੋੜਦਾ ਪਿਆ ਹੈ ਕੀ ਤਾਂ ਇਹ ਕੀ ਹੋ ਗਿਆ ਅਧਿਨਿਯੋਜਕ ਇਹਨਾਂ ਵਾਕਾਂ ਵਿੱਚ ਤਾਂ ਕੀ ਫਿਰ ਵੀ ਅਤੇ ਕੀ ਅਧਿਨਿਯੋਜਕ ਹਨ ਤਾਂ ਦੋਸਤੋ ਇਹ ਸੀ ਆਪਣਾ ਅੱਜ ਦਾ ਟੋਪਿਕ ਯੋਜਕ ਇਹਦੇ ਵਿੱਚ ਆਪਾਂ ਪੜਿਆ ਕਿ ਯੋਜਕ ਕੀ ਹੁੰਦਾ ਹੈ ਉਹਦੀ ਪਰਿਭਾਸ਼ਾ ਕੀ ਹੈ ਤੇ ਉਸਦੇ ਕਿੰਨੇ ਪ੍ਰਕਾਰ ਹੁੰਦੇ ਨੇ ਦੋ ਪ੍ਰਕਾਰ ਸਮਾਨਯੋਜਕ ਤੇ ਅਧੀਨਯੋਜਕ ਤੇ ਇਹਦੀ ਵੀ ਆਪਾਂ ਪਰਿਭਾਸ਼ਾ ਕੀਤੀ ਕਿ ਦੋ ਸੇਮ ਤਰ੍ਹਾਂ ਦੇ ਸੈਂਟੈਂਸਸ ਨੂੰ ਜੋੜਨ ਵਾਲਾ ਸ਼ਬਦ ਸਮਾਨਯੋਜਕ ਅਖਵਾਉਂਦਾ ਹੈ ਤੇ ਇੱਕ ਪ੍ਰਧਾਨ ਉਪਵਾਕ ਤੇ ਇੱਕ ਅਧੀਨ ਉਪਵਾਕ ਨੂੰ ਜੋੜਨ ਵਾਲਾ ਸ਼ਬਦ ਅਧੀਨਯੋਜਕ ਅਖਵਾਉਂਦਾ ਹੈ ਤਾਂ ਇਹ ਸੀ ਆਪਣਾ ਅੱਜ ਦਾ ਟੋਪਿਕ ਯੋਜਕ ਆਈ ਹੋਪ ਤੁਹਾਨੂੰ ਇਹ ਟੋਪਿਕ ਵਧੀਆ ਲੱਗਿਆ ਹੋਵੇਗਾ ਤੇ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ If you like our video, then please subscribe our channel and share it with your friends. Thank you.